ਸਾਡੇ ਚੈਨਲ ਦੀ ਹਰੇਕ ਖਬਰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨੋਟੀਫਿਕੇਸ਼ਨ 'ਤੇ ਵੀ ਕਲਿੱਕ ਜ਼ਰੂਰ ਕਰੋ। ਜੇ ਤੁਹਾਨੂੰ ਖਬਰ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਜ਼ਰੂਰ ਕਰੋ ਅਤੇ ਜਿਹੜੀ ਬਣੀ ਹੋਈ ਬੈੱਲ ਹੈ ਉਹਦੇ ਉੱਪਰ ਕਲਿੱਕ ਕਰੋ ਤਾਂ ਜੋ ਸਾਡੇ ਚੈਨਲ ਦੀ ਹਰੇਕ ਖਬਰ ਤੁਹਾਡੇ ਤੱਕ ਪਹੁੰਚ ਸਕੇ। ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੋਰਿੰਡਾ ਵਿਖੇ ਆਪਣੇ ਦਫ਼ਤਰ ਵਿਖੇ ਮੀਟਿੰਗ ਸੱਦੀ ਗਈ। ਇਸ ਮੌਕੇ ਅਨਾਜ ਮੰਡੀ ਵਿੱਚ ਫੂਸ ਇਕੱਠਾ ਕਰਨ ਵਾਲੀਆਂ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਗਿਆ, ਪਰ ਕੁਝ ਸਮੱਸਿਆਵਾਂ ਦੇ ਜਵਾਬ ਤੋਂ ਚਰਨਜੀਤ ਸਿੰਘ ਚੰਨੀ ਭੱਜਦੇ ਹੋਏ ਨਜ਼ਰ ਆਏ। ਚਰਨਜੀਤ ਸਿੰਘ ਚੰਨੀ ਅਕਾਲੀ ਸਰਕਾਰ ਸਮੇਂ ਵਿਰੋਧੀ ਨੇਤਾ ਹੋਣ ਸਮੇਂ ਨਸ਼ੇ ਦੇ ਤਸਕਰਾਂ ਵਿਰੁੱਧ ਵੱਖ ਵੱਖ ਚੈਨਲਾਂ 'ਤੇ ਬਿਆਨ ਕਰਦੇ ਰਹੇ ਹਨ ਕਿ ਬਿਕਰਮਜੀਤ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਹੈ ਅਤੇ ਇਸ ਖਿਲਾਫ਼ ਕਾਰਵਾਈ ਕੀਤੀ ਜਾਵੇ, ਪਰ ਹੁਣ ਆਪਣੀ ਕਾਂਗਰਸ ਸਰਕਾਰ ਆਉਣ 'ਤੇ ਕੈਪਟਨ ਸਾਹਿਬ ਅਤੇ ਜਾਖੜ ਸਾਹਿਬ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਕੋਈ ਸਬੂਤ ਨਾ ਹੋਣ ਦੀ ਗੱਲ ਬਾਰੇ ਪੁੱਛਿਆ ਗਿਆ ਤਾਂ ਚਰਨਜੀਤ ਸਿੰਘ ਚੰਨੀ ਨੇ ਇਸ ਬਿਆਨ ਤੋਂ ਵੀ ਪਾਸਾ ਵੱਟਿਆ। ਬਰਿੰਡਾ ਤੋਂ ਫਤਿਹ ਨਿਊਜ਼ ਪਲੱਸ ਲਈ ਮਨਜੀਤ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ। ਵਿੱਚ ਬੀਬੀਆਂ ਜਿਹੜੀਆਂ ਫੂਸ ਇਕੱਠਾ ਕਰਦੀਆਂ ਉਹਨਾਂ ਦੀ ਪ੍ਰੋਬਲਮ ਸੀ, ਉਹ ਸੈਕਟਰੀ ਨੂੰ ਕਹਿ ਕੇ ਅਸੀਂ ਹੱਲ ਕਰਾਤੀ ਹੈ। ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ। ਜੇ ਕੋਈ ਦਿੱਕਤ ਆਈ ਬੀਬੀ ਤੁਸੀਂ ਮੈਨੂੰ ਫਿਰ ਦੱਸਣਾ। ਹੁਣ ਤੁਸੀਂ ਸਾਨੂੰ ਵੇਖ ਸਕਦੇ ਹੋ ਫੇਸਬੁੱਕ, ਯੂਟਿਊਬ ਅਤੇ ਵਟਸਐਪ ਉੱਪਰ, ਅਤੇ ਸਾਡੀ ਵੈਬਸਾਈਟ ਨੂੰ ਲੌਗਇਨ ਕਰਨਾ ਨਾ ਭੁੱਲਿਓ, ਫਤਿਹ ਨਿਊਜ਼ ਪਲੱਸ .com।